ਆਰਡੀਨੈਂਸ ਕੱਲੇ ਕਿਸਾਨਾਂ ਦੇ ਨਹੀਂ ਮਰਿਆ, ਸਾਰੇ ਵਰਗ ਦੇ ਲੋਕਾਂ ਦੇ ਮਰਿਆ। ਇਹ ਸਰਮਾਏਦਾਰ ਦੀਆਂ ਚਾਲਾਂ ਨੇ ਸਾਡੇ ਖੇਤੇ ਨੂੰ ਗੁਲਾਮ ਬਣਾ ਲਿਆ, ਸਾਡੇ ਨੌਜਵਾਨ ਪੁੱਤਰਾਂ ਦੀਆਂ ਲਾਸ਼ਾਂ ਖੇਤਾਂ ਦੇ ਦਰਖਤਾਂ ਤੋਂ ਮਿਲੀਆਂ ਨੇ, ਸਾਡੀ ਮੋਟੀ ਨਾੜ ਦਾ ਖੂਨ ਚੂਸ ਕੇ ਇਹਨਾਂ ਨੂੰ ਸਬਰ ਨਹੀਂ ਆਇਆ। ਦਿਨ ਬਾਗੀ ਹੋ ਹਰ ਬਾਗੀ ਜਗਤਾਰ ਬਣੇਗਾ, ਪੰਜਾਬ ਦੀ ਮਿੱਟੀ ਦੇ ਜਾਇਓ, ਤੁਸੀਂ ਉਸ ਮਿੱਟੀ ਦੇ ਵਾਰਸ ਹੋ ਜਿਹੜੀ ਕਦੇ ਪੁੱਟਿਆ ਨਹੀਂ ਭੁੱਲੀ, ਜਿਹੜੀ ਮਹਾਤਮਾ ਦੇ ਜਬਰ ਦੇ ਮੂਹਰੇ ਝੁਕੀ ਨਹੀਂ। ਤੁਸੀਂ ਉਸ ਇਤਿਹਾਸ ਕਮੇਟੀ ਦੇ ਵਾਰਸ ਹੋ, ਉਸ ਇਤਿਹਾਸ ਕਮੇਟੀ ਦੇ ਵਿੱਚ ਜੰਮੇ ਪਲੇ ਹੋ। ਮੰਨ ਸਕਦੇ ਹਾਂ ਅਸੀਂ ਇਹ ਸਰਮਾਏਦਾਰ ਦੀਆਂ ਚਾਲਾਂ ਨੇ ਸਾਡੇ ਖੇਤੇ ਨੂੰ ਗੁਲਾਮ ਬਣਾ ਲਿਆ, ਸਾਡੀ ਧਰਤੀ ਸਿਰ ਬਾਬਾ ਕਰਜ਼ਾ ਚੜ੍ਹਦਾ, ਸਾਡੇ ਨੌਜਵਾਨ ਪੁੱਤਰਾਂ ਦੀਆਂ ਲਾਸ਼ਾਂ ਖੇਤਾਂ ਦੇ ਦਰਖਤਾਂ ਤੋਂ ਮਿਲੀਆਂ ਨੇ, ਤੇ ਸਾਡੇ ਇੱਕ ਇੱਕ ਘਰ ਦੇ ਵਿੱਚੋਂ ਪੰਜ ਪੰਜ ਲਾਸ਼ਾਂ ਇਕੱਠੀਆਂ ਉੱਠਦੀਆਂ ਨੇ। ਇਹ ਸਾਨੂੰ ਇਸ ਹਕੂਮਤ ਦੀ ਡਿਵੈਲਪਮੈਂਟ ਨੇ ਸਾਨੂੰ ਪਰੋਸ ਕੇ ਦਿੱਤਾ, ਸਮਝ ਨਹੀਂ ਆਇਆ ਸਿੰਘਾਂ ਨੂੰ, ਸਾਡੀ ਮੋਟੀ ਨਾੜ ਦਾ ਖੂਨ ਚੂਸ ਕੇ ਇਹਨਾਂ ਨੂੰ ਸਬਰ ਨਹੀਂ ਆਇਆ, ਸਾਡੇ ਪਿੰਜਰ ਨੂੰ ਪੀਟ ਕੇ ਲਿਫਾਫਿਆਂ ਚ ਬੰਦ ਕਰਕੇ ਡਾਨੀਆਂ ਦੇ ਹਵਾਲੇ ਕਰਨਾ ਚਾਹੁੰਦੇ ਨੇ ਇਹ। ਤੇ ਇਸ ਹਾਲਤ ਦੇ ਵਿੱਚ ਸਾਡੀ ਧਰਤੀ ਮਾਂ ਸਾਨੂੰ ਆਵਾਜ਼ ਮਾਰਦੀ ਹੈ ਕਿ ਪੰਜਾਬ ਦੇ ਪੁੱਤਰੋ, ਮੈਂ ਵਿਦੇਸ਼ੀ ਸ਼ਾਹੂਕਾਰਾਂ ਦੇ ਵਿੱਚ ਗੋਦੀ ਚ ਬੈਠਣ ਵਾਸਤੇ ਕਦੇ ਤਿਆਰ ਨਹੀਂ ਹਾਂ। ਕੋਈ ਜੰਮੇ ਮਾਂ ਦਾ ਪੁੱਤ ਕਿ ਵਿਦੇਸ਼ੀਆਂ ਦੇ ਹਵਾਲੇ ਕਮਾਉਣ, ਵਿਦੇਸ਼ੀਆਂ ਦੇ ਹਵਾਲੇ ਕਰਕੇ ਉਹਨਾਂ ਨੂੰ ਮੇਰੇ ਮਾਲਕ ਬਣਾਉਣ ਦਾ, ਕੋਈ ਨੂੰ ਹਟਾਉਣ ਦਾ ਜਿਆ ਕਰੇ, ਆ ਬਕਾਰ ਹੈ ਧਰਤੀ ਮਾਂ ਦੀ। ਕਹਿ ਸਕਦਾ ਕੋਈ ਕਿ ਤਿੰਨ ਕਾਨੂੰਨ ਆਏ ਨੇ, ਇਹ ਤਿੰਨ ਕਾਨੂੰਨਾਂ ਦੇ ਉੱਤੇ ਇੰਨਾ ਵਾਅਦੇ ਲਿਆ ਕਿਉਂ ਖੜਿਆ ਕਿ ਤਿੰਨ ਕਾਨੂੰਨਾਂ ਤੋਂ ਪਹਿਲਾਂ ਪੰਜਾਬ ਦੀ ਧਰਤੀ ਦੇ ਉੱਤੇ ਵਸਣ ਵਾਲੇ ਕਿਸਾਨ ਤੇ ਮਜ਼ਦੂਰ ਲੋਕ, ਦਿਹਾੜੀਦਾਰ ਤੇ ਦੁਕਾਨਦਾਰ, ਵਪਾਰੀ ਤੇ ਸਨਅਤਕਾਰ ਕੀ ਸਾਰੇ ਸੌਖੇ ਸੀ? ਤਾਂ ਜਵਾਬ ਹੈ ਨਹੀਂ। ਉਹਦਾ ਪਹਿਲੇ ਹੀ ਅੰਬੇ ਪਏ ਸੀ, ਇਹਦਾ ਉਹਨਾਂ ਦੁਖੀ ਹੋਏ ਲੋਕਾਂ ਦੇ ਉੱਤੇ ਇੱਕ ਆਖਰੀ ਵਾਰ ਕੀਤਾ। ਤੁਸੀਂ ਮੰਨ ਸਕਦੇ ਹਾਂ ਵੀ ਇਹ ਆਰਡੀਨੈਂਸ ਕੱਲੇ ਕਿਸਾਨਾਂ ਦੇ ਨਹੀਂ ਮਰਿਆ, ਸਾਰੇ ਵਰਗ ਦੇ ਲੋਕਾਂ ਦੇ ਮਰਿਆ। ਫਿਰ ਸਾਰੇ ਵਰਗ ਦੇ ਲੋਕ ਇਸ ਤਰ੍ਹਾਂ ਮੈਦਾਨ ਦੇ ਵਿੱਚ ਕਿਉਂ ਨਹੀਂ ਆਏ ਜਿਵੇਂ ਕਿਸਾਨ ਤੇ ਮਜ਼ਦੂਰ ਆਏ ਨੇ? ਇਹ ਦਿਖਾ ਤੋ ਪਹਿਲਾਂ ਤੋਂ ਵਾਪਰਿਆ ਹੋਇਆ ਹੈ ਕਿ ਕਿਸਾਨਾਂ ਮਜ਼ਦੂਰਾਂ ਨੂੰ ਤਾਂ ਰੋਟੀ ਦਾ ਸਵਾਲ ਹੋਇਆ ਖੜਾ। ਇਹ ਜਥੇਬੰਦਕ ਹਿੱਸੇ ਨੇ